ਇਹ ਹੈ ਪੰਜਾਬ ਦੀ ਅਸਲ ਰਾਜਧਾਨੀ ਵਜੋਂ ਜਾਣਿਆ ਜਾਂਦਾ ਸ਼ਹਿਰ ਲੁਧਿਆਣਾ ਅਤੇ ਇੱਥੋਂ ਦਾ ਜੰਪਲ ਹੈ ਬਹੁਤ ਹੀ ਮਲਾਪੜੇ ਸੁਭਾਅ ਅਤੇ ਅਗਾਂਹਵਧੂ ਵਿਚਾਰਾਂ ਦਾ ਧਾਰਨੀ ਜਗਜੀਤ ਸਿੰਘ ਅਰੋੜਾ। ਸਾਲ 1963 ਵਿੱਚ ਭਾਗਾਂ ਵਾਲੇ ਪਿਤਾ ਜੀ ਸਰਦਾਰ ਤਾਰਾ ਸਿੰਘ ਦੇ ਘਰ ਮਾਤਾ ਹਰਭਜਨ ਕੌਰ ਦੀ ਕੁੱਖੋਂ ਜਨਮੀ ਇਸ ਮਹਾਨ ਸ਼ਖਸੀਅਤ ਦਾ ਬਚਪਨ ਵੀ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਹੀ ਬੀਤਿਆ। ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪ੍ਰਾਇਮਰੀ ਦੀ ਸਿੱਖਿਆ ਅਤੇ ਫਿਰ ਗੌਰਮੈਂਟ ਕਾਲਜ ਲੁਧਿਆਣਾ ਤੋਂ ਇਕਨੋਮਿਕਸ ਦੀ MA ਨਾਲ ਉੱਚ ਵਿੱਦਿਆ ਹਾਸਲ ਕੀਤੀ। ਸਰਦਾਰ ਜਗਜੀਤ ਸਿੰਘ ਅਰੋੜਾ ਨੇ ਆਪਣੀ ਪਹਿਲੀ ਸਰਵਿਸ ਲੁਧਿਆਣਾ ਵਿਖੇ ਹੀ ਇਲਾਹਾਬਾਦ ਬੈਂਕ ਵਿੱਚੋਂ ਸ਼ੁਰੂ ਕੀਤੀ ਅਤੇ ਇਸੇ ਬੈਂਕ ਵਿੱਚ ਹੀ 1983 ਤੋਂ ਸਾਲ 2000 ਤੱਕ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਸੇਵਾ ਕੀਤੀ। ਇਸੇ ਦੌਰਾਨ ਹੀ ਸਾਲ 1999 ਵਿੱਚ ਸਰਦਾਰ ਜਗਜੀਤ ਸਿੰਘ ਅਰੋੜਾ ਦੀ ਜ਼ਿੰਦਗੀ ਉਸ ਵੇਲੇ ਹੋਰ ਹਸੀਨ ਹੋ ਗਈ ਜਦੋਂ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਹੀ ਮਿਹਨਤੀ ਅਤੇ ਮਿੱਠ ਬੁੱਲੜੇ ਸੁਭਾਅ ਦੀ ਮਾਲਕ ਸੁਦਰਸ਼ਨ ਕੌਰ ਨੇ ਜ਼ਿੰਦਗੀ ਦਾ ਸਾਥ ਨਿਭਾਉਣ ਦਾ ਵਾਅਦਾ ਕੀਤਾ ਅਤੇ ਉਹਨਾਂ ਦੀ ਮੈਰਿਜ ਹੋਈ। ਸੁਦਰਸ਼ਨ ਕੌਰ ਤੋਂ ਸੁਦਰਸ਼ਨ ਕੌਰ ਅਰੋੜਾ ਬਣੀ। ਜਗਜੀਤ ਸਿੰਘ ਅਰੋੜਾ ਦੀ ਜੀਵਨ ਸਾਥਣ ਉਹਨਾਂ ਦੀ ਜ਼ਿੰਦਗੀ ਵਿੱਚ ਇੰਨੀਆਂ ਖੁਸ਼ੀਆਂ ਅਤੇ ਸਫਲਤਾਵਾਂ ਲੈ ਕੇ ਆਈ ਕਿ ਉਹਨਾਂ ਦੀ ਜ਼ਿੰਦਗੀ ਰੰਗਾਂ ਨਾਲ ਭਰ ਗਈ। ਸਾਲ 1990 ਵਿੱਚ ਉਹਨਾਂ ਦੇ ਘਰ ਹੋਣਹਾਰ ਬੇਟੀ ਪ੍ਰਭਲੀਨ ਅਰੋੜਾ ਨੇ ਜਨਮ ਲਿਆ ਜੋ ਕਿ ਇਸ ਵੇਲੇ ਕੈਨੇਡਾ ਦੀ ਪ੍ਰਸਿੱਧ ਚਾਰਟਰਡ ਅਕਾਊਂਟੈਂਟ ਹੈ। ਇਸ ਤੋਂ ਬਾਅਦ ਉਹਨਾਂ ਦੇ ਹੋਣਹਾਰ ਬੇਟੇ ਗੁਰਕਮਲ ਅਰੋੜਾ ਨੇ ਜਨਮ ਲਿਆ। ਸਰਦਾਰ ਜਗਜੀਤ ਸਿੰਘ ਅਰੋੜਾ ਨਵੰਬਰ 2000 ਵਿੱਚ ਇਲਾਹਾਬਾਦ ਬੈਂਕ ਵਿੱਚ ਮੈਨੇਜਰ ਦੀ ਨੌਕਰੀ ਛੱਡ ਕੇ ਕੈਨੇਡਾ ਚਲੇ ਗਏ। ਥੋੜ੍ਹੇ ਸਮੇਂ ਬਾਅਦ ਹੀ ਉਹਨਾਂ ਨੇ ਆਪਣੇ ਪੂਰੇ ਪਰਿਵਾਰ ਨੂੰ ਕੈਨੇਡਾ ਵਿੱਚ ਸ਼ਿਫਟ ਕਰ ਲਿਆ। ਸਰਦਾਰ ਅਰੋੜਾ ਨੇ ਕੈਨੇਡਾ ਵਿੱਚ ਪਹਿਲਾਂ 8-9 ਮਹੀਨੇ ਵੱਖ ਵੱਖ ਥਾਂ ਜੌਬ ਕਰਨ ਪਿੱਛੋਂ ਸਾਲ 2002 ਵਿੱਚ ਸਕੋਸ਼ੀਆ ਬੈਂਕ ਵਿੱਚ ਬ੍ਰਾਂਚ ਮੈਨੇਜਰ ਦਾ ਅਹੁਦਾ ਸੰਭਾਲਿਆ। ਲਗਾਤਾਰ 10 ਸਾਲ ਸਕੋਸ਼ੀਆ ਬੈਂਕ ਵਿੱਚ ਚੰਗੀਆਂ ਸੇਵਾਵਾਂ ਦੇਣ ਪਿੱਛੋਂ ਉਹਨਾਂ ਨੇ ਸਾਲ 2012 ਵਿੱਚ ਰੀਅਲ ਅਸਟੇਟ ਦੀ ਆਪਣੀ ਕੰਪਨੀ ਸ਼ੁਰੂ ਕੀਤੀ ਅਤੇ ਕੈਨੇਡਾ ਵਿੱਚ ਨਵੇਂ ਆਉਣ ਵਾਲੇ ਪੰਜਾਬੀ ਪਰਿਵਾਰਾਂ ਨੂੰ ਘਰ ਲੈ ਕੇ ਦੇਣ ਦਾ ਸਿਲਸਿਲਾ ਸ਼ੁਰੂ ਕੀਤਾ। ਰੀਅਲ ਅਸਟੇਟ ਦੇ ਖੇਤਰ ਵਿੱਚ ਸਰਦਾਰ ਅਰੋੜਾ ਨੇ ਆਪਣੇ ਕਾਰੋਬਾਰ ਦੇ ਨਾਲ ਨਾਲ ਆਪਣੇ ਪੰਜਾਬੀ ਭਾਈਚਾਰੇ ਦੀ ਹਰ ਪੱਖ ਤੋਂ ਇੰਨੀ ਖੁੱਲ੍ਹ ਕੇ ਮਦਦ ਕੀਤੀ ਕਿ ਥੋੜ੍ਹੇ ਸਮੇਂ ਵਿੱਚ ਹੀ ਪੰਜਾਬੀ ਭਾਈਚਾਰੇ ਵਿੱਚ ਜਗਜੀਤ ਸਿੰਘ ਅਰੋੜਾ ਦਾ ਨਾਮ ਮਸ਼ਹੂਰ ਹੋ ਗਿਆ। ਸਰਦਾਰ ਅਰੋੜਾ ਦਾ ਕਹਿਣਾ ਹੈ ਕਿ ਜੋ ਵੀ ਪਰਿਵਾਰ ਪੰਜਾਬ ਤੋਂ ਕੈਨੇਡਾ ਆ ਕੇ ਰਹਿੰਦਾ ਹੈ ਤਾਂ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਕਿਰਾਏ ਦੇ ਘਰਾਂ ਦੀ ਥਾਂ ਆਪਣਾ ਘਰ ਲੈ ਕੇ ਰਹਿਣ। ਉਹਨਾਂ ਦੀ ਇਹ ਇੱਛਾ ਪੂਰੀ ਕਰਨ ਲਈ ਸਰਦਾਰ ਅਰੋੜਾ ਹਰ ਪਰਿਵਾਰ ਦੀ ਦਿਲ ਖੋਲ੍ਹ ਕੇ ਮਦਦ ਕਰਦੇ ਨੇ। ਉਹ ਹਰ ਵਿਅਕਤੀ ਨੂੰ ਚੰਗੀ ਸਲਾਹ ਦਿੰਦੇ ਨੇ ਅਤੇ ਨਵਾਂ ਘਰ ਖਰੀਦਣ ਸਮੇਂ ਧਿਆਨ ਵਿੱਚ ਰੱਖਣ ਵਾਲੀਆਂ ਬਰੀਕੀਆਂ ਬਾਰੇ ਸਮਝਾਉਂਦੇ ਨੇ। ਇਸੇ ਕਾਰਨ ਹੀ ਸਰਦਾਰ ਜਗਜੀਤ ਸਿੰਘ ਅਰੋੜਾ ਅੱਜ ਕੱਲ੍ਹ ਕੈਨੇਡਾ ਦੇ ਪੰਜਾਬੀ ਭਾਈਚਾਰੇ ਵਿੱਚ ਬਹੁਤ ਹੀ ਇੱਜ਼ਤ ਮਾਣ ਵਾਲੀ ਜ਼ਿੰਦਗੀ ਗੁਜ਼ਾਰ ਰਹੇ ਨੇ ਅਤੇ ਪੰਜਾਬੀਆਂ ਦੀ ਹਰਮਨ ਪਿਆਰੀ ਸ਼ਖਸੀਅਤ ਬਣ ਚੁੱਕੇ ਨੇ। ਉਹਨਾਂ ਦੀ ਵੱਡੀ ਬੇਟੀ ਪ੍ਰਭਲੀਨ ਅਰੋੜਾ ਪ੍ਰਸਿੱਧ CA ਹੈ ਅਤੇ ਬੇਟਾ ਗੁਰਕਮਲ ਅਰੋੜਾ ਬਹੁਤ ਹੀ ਵਧੀਆ ਇੰਜੀਨੀਅਰ ਹੈ। ਜਗਜੀਤ ਸਿੰਘ ਅਰੋੜਾ ਦੇ ਮਿੱਠ ਬੋਲੜੇ ਸੁਭਾਅ, ਇਮਾਨਦਾਰੀ ਵਾਲੇ ਪਾਰਦਰਸ਼ੀ ਕਾਰੋਬਾਰ ਅਤੇ ਲੋਕ ਸੇਵਾ ਨੂੰ ਦੇਖਦਿਆਂ ਹੀ ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਗਾਲਾ ਨਾਈਟ 2017 ਵਿੱਚ ਸਰਦਾਰ ਜਗਜੀਤ ਸਿੰਘ ਅਰੋੜਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ। ਸ਼ਾਲਾ ਜਗਜੀਤ ਸਿੰਘ ਅਰੋੜਾ ਦੁਨੀਆ ਭਰ ਵਿੱਚ ਹੋਰ ਨਾਮ ਚਮਕਾਵੇ ਅਤੇ ਪੰਜਾਬੀ ਮਾਂ ਬੋਲੀ ਦਾ ਚਮਕਦਾ ਸਿਤਾਰਾ ਆਪਣੇ ਕਾਰੋਬਾਰ ਵਿੱਚ ਹੋਰ ਬੁਲੰਦੀਆਂ ਛੋਹੇ।